ਚੱਲ ਸੁਣਾ ਕੋਈ ਹੋਰ ਗੱਲਬਾਤ। ਸੱਤ ਪਾਵਲੀਆਂ ਅੱਛਾ ਜਾਂਦੇ ਪਏ ਆ ਘਰੇ ਤੇ, ਅਗਰ ਕਲਰ ਚਮਕਦਾ ਪਿਆ ਦੋਪੇ ਚ ਤੇ ਜਿਸ ਲਗਾ ਗਏ ਨਾ ਕਰਦਾ ਦਰਿਆ ਹੀ ਬੜਾ ਚੜਿਆ ਖਲਾ। ਅੱਛਾ ਅਗਾ ਗਏ ਨਾ ਤਾਂ ਗੋਡੇ ਉੱਤੋਂ ਕੱਪੜੇ ਚਾਹ ਤੇ ਕਰਕੇ ਤਿੰਨੇ ਕਰ ਤਿੰਨੇ ਗਏ ਜੈਸੇ ਲਗਨੇ ਬਾਹਰ ਬਾਹਰ ਨਿਕਲੇ ਨਾ ਇੱਕ ਦੂਏ ਨੂੰ ਗਿਣਦੇ ਆਂਦਾ ਆਪਣਾ ਇੱਕ ਬੰਦਾ ਦਰਿਆ ਦੇ ਵਿੱਚ ਡੁੱਬ ਗਿਆ ਨੇ। ਅੱਛਾ ਆਪ ਨੂੰ ਗਿਣੇ ਨਾ ਬਾਕੀਆਂ ਨੂੰ ਗਿਣ ਲਵੇ। ਅੱਛਾ ਇੱਕ ਮੇਰੇ ਵਰਗਾ ਲੱਗਾ ਉਸ ਆਖਿਆ ਬਈ ਮੈਂ ਗਿਣ ਦੇਵਾਂ ਉਹ ਵਿਕਟਰ ਲਿਆਂਦਾ ਏਕਾ ਸੌ ਟ੍ਰਾਏ ਚਾਰ ਪੰਜ ਆ ਛੇ ਤੇ ਆ ਸੱਤਵਾਂ ਤੇਰੀ ਮਾਂ ਵਾਲ। ਅੱਛਾ ਹਾਂਜੀ ਪੂਰੇ ਸੱਤ ਹੀ ਆਣ ਬਾਬਲੀ ਦੀ।